ਆਪਣੇ ਨਫੇ ਨੁਕਸਾਨ ਦੇਖ ਕੇ ਹੀ ਨੇਤਾ ਜਾਂਦੇ ਨੇ ਦੂਜੀਆਂ ਪਾਰਟੀਆਂ 'ਚ। ਇਲੈਕਸ਼ਨ ਦੀ ਹੋਣੀ ਚਾਹੀਦੀ, ਮੋਦੀ ਨੂੰ ਲਾਉਣ ਦੀ ਹੋਣੀ ਚਾਹੀਦੀ ਆ। ਇਹ ਚੀਜ਼ਾਂ ਤੇ ਹਰ ਇੱਕ ਨੇ ਆਪਣਾ ਨਫਾ ਨੁਕਸਾਨ ਵੇਖ ਕੇ ਇਧਰ ਉਧਰ ਜਾਣਾ ਆਉਣਾ ਹੁੰਦਾ। SGPC ਉੱਤੇ ਵੀ ਕਸੇ ਗਏ ਤੰਜ, ਗੁਰਜੀਤ ਔਜਲਾ ਨੇ ਐਸਾ ਕੀ ਕਹਿ ਦਿੱਤਾ, ਸਿਆਸਤ ਹੋ ਗਈ ਗਰਮਾ ਗਰਮ। ਜਿਹੜਾ ਬੰਦਾ ਇਹੋ ਜਿਹਾ ਕੋਈ ਕੰਮ ਕਰਦਾ ਉਹਨੂੰ ਆਪ ਹੀ ਪਿੱਛੇ ਹੋ ਜਾਣਾ ਚਾਹੀਦਾ, ਉਹਨੂੰ ਗੁਰੂ ਘਰ ਕੰਮ ਕਰਕੇ ਨਹੀਂ ਜਾਣਾ ਚਾਹੀਦਾ। ਜਿਵੇਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਤਲਵੀਰ ਸਿੰਘ ਗਿੱਲ ਵੱਲੋਂ ਅਕਾਲੀ ਦਲ ਨੂੰ ਛੱਡ ਕੇ ਆਪ ਪਾਰਟੀ 'ਚ ਆਪਣਾ ਸਿਆਸੀ ਜੀਵਨ ਦੁਬਾਰਾ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਵੱਲੋਂ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਉੱਤੇ ਬੜੇ ਹੀ ਗੰਭੀਰ ਆਰੋਪ ਲਾਏ ਨੇ, ਜਿਸ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਸਿਆਸਤ ਗਰਮ ਹੁੰਦੀ ਨਜ਼ਰ ਆ ਰਹੀ ਹੈ। ਜਿਸ ਨੂੰ ਲੈ ਕੇ ਹੁਣ ਕਾਂਗਰਸ ਪਾਰਟੀ ਦੇ ਸਾਬਕਾ ਮੰਤਰੀ ਰਾਜਕੁਮਾਰ ਵੇਰਕਾ ਤੇ ਅੰਮ੍ਰਿਤਸਰ ਦੇ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਵੱਲੋਂ ਵੀ ਇਸ ਉੱਤੇ ਆਪਣਾ ਤਿੱਖਾ ਪ੍ਰਤੀਕਰਮ ਦਿੱਤਾ ਗਿਆ। ਉਹਨਾਂ ਨੇ ਬੋਲਦਿਆਂ ਹੋਇਆ ਕਿਹਾ ਕਿ ਜੇਕਰ ਬਿਕਰਮ ਮਜੀਠੀਆ ਨੂੰ ਜਿਤਾਉਣ ਵਾਸਤੇ ਤਲਵੀਰ ਸਿੰਘ ਗਿੱਲ ਵੱਲੋਂ ਝੂਠ ਬੋਲਿਆ ਗਿਆ ਤਾਂ ਉਹਨਾਂ ਨੂੰ ਸਾਰੀਆਂ ਸੰਗਤਾਂ ਕੋਲੋਂ ਮਾਫ਼ੀ ਮੰਗਣੀ ਚਾਹੀਦੀ ਹੈ। ਉੱਧਰ ਦੂਜੇ ਪਾਸੇ ਬੀਜੇਪੀ ਦੀ ਰੈਲੀ ਦੇ ਦੌਰਾਨ ਹੋਏ ਕਿਸਾਨ ਦੀ ਮੌਤ ਤੇ ਵੀ ਬੋਲਿਆ ਗੁਰਜੀਤ ਔਜਲਾ ਨੇ, ਆਖਿਆ ਕਿ ਬੀਜੇਪੀ ਵੀ ਜਿਹੜੀ ਹੈ ਕਿਸੇ ਵੀ ਵਿਅਕਤੀ ਦੀ ਜਾਨ ਦੀ ਉਹ ਪਰਵਾਹ ਨਹੀਂ ਕਰਦੀ, ਉਹਨਾਂ ਨੂੰ ਕੋਈ ਮਤਲਬ ਨਹੀਂ ਕਿਸੇ ਤੋਂ ਤੇ ਨਾ ਹੀ ਉਹ ਪੰਜਾਬ 'ਚ ਰਹਿਣਾ ਚਾਹੁੰਦੇ ਨੇ। ਅੱਗੇ ਬੋਲਦਿਆਂ ਉਹ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਸਾਨੂੰ ਸਿਰਫ ਸਿਆਸਤ ਅਤੇ ਚੋਣਾਂ ਨੂੰ ਲੈ ਕੇ ਆਪਣੀ ਸਿਆਸਤ ਰੱਖਣੀ ਚਾਹੀਦੀ ਹੈ। ਅੱਗੇ ਬੋਲਦਿਆਂ ਡਾਕਟਰ ਰਾਜਕੁਮਾਰ ਵੇਰਕਾ ਵੱਲੋਂ ਵੀ ਬਲਬੀਰ ਸਿੰਘ ਉੱਤੇ ਸ਼ਬਦੀ ਹਮਲੇ ਕੀਤੇ, ਕਿਹਾ ਕਿ ਜੇਕਰ ਤਲਵੀਰ ਸਿੰਘ ਗਿੱਲ ਵੱਲੋਂ ਬਿਕਰਮ ਸਿੰਘ ਮਜੀਠੀਆ ਨੂੰ ਜਿਤਾਉਣ ਵਾਸਤੇ ਝੂਠ ਬੋਲਿਆ ਗਿਆ ਤਾਂ ਉਹਨਾਂ ਨੂੰ ਜਨਤਾ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ। ਅੱਗੇ ਬੋਲਦਿਆਂ ਉਹਨਾਂ ਨੇ ਕਿਹਾ ਕਿ ਕਿਸਾਨ ਦੀ ਮੌਤ ਨੂੰ ਲੈ ਕੇ ਸ਼ਹੀਦ ਦਾ ਦਰਜਾ ਉਸਨੂੰ ਦੇਣਾ ਚਾਹੀਦਾ ਹੈ ਤੇ ਉਹਨਾਂ ਦੇ ਹਲਕੇ ਦੇ ਲੋਕ ਗੁਰਜੀਤ ਸਿੰਘ ਔਜਲਾ ਨੂੰ ਵੱਡੀ ਲੀਡ ਨਾਲ ਜਿਤਾ ਕੇ ਭੇਜਣਗੇ। ਆਓ ਤੁਹਾਨੂੰ ਸੁਣਾ ਦਿੰਦੇ ਹਾਂ ਵੀਡੀਓ ਤੇ ਦਿਖਾਉਂਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਇੱਕ ਦੂਜੇ ਤੇ ਪਲਟਵਾਰ ਹੋ ਰਹੇ ਨੇ, ਸਿਆਸਤ ਜਿਹੜੀ ਹੈ ਪੂਰੀ ਤਰੀਕੇ ਦੇ ਨਾਲ ਗਰਮਾਈ ਹੋਈ ਹੈ। ਕਿ ਬਿਕਰਮ ਸਿੰਘ ਮਜੀਠੀਆ ਨੂੰ ਜਿਤਾਉਣ ਵਾਸਤੇ ਝੂਠ ਦੀ ਰਾਜਨੀਤੀ ਕਰਨੀ ਪਈ ਸੀ, ਕੀ ਕਹਿਣਾ ਚਾਹੁੰਦੇ ਇਸ ਤੇ? ਦੇਖੋ, ਮੈਂ ਕਹਿਣਾ ਚਾਹੁੰਦਾ ਕਿ ਇਹ ਚੀਜ਼ਾਂ ਸਾਨੂੰ ਤਾਂ ਬਹੁਤ ਪਹਿਲਾਂ ਪਤਾ ਸੀ ਜੀ। ਉਹ ਬੋਰਡ ਦੇ ਹੇਠਾਂ ਕਈ ਵਾਰ ਬੰਦੇ ਨੂੰ ਚੀਜ਼ਾਂ ਛਾਂ ਇੰਨੀ ਹੁੰਦੀ ਹੈ ਕਿ ਉਹ ਬੰਦਿਆਂ ਰੁੱਖ ਨੂੰ ਛੁੱਕ ਜਾਂਦਾ। ਸੋ ਉਹਨਾਂ ਚਿਰ ਉਹਨਾਂ ਦੀ ਸੋਚ ਜਿਹੜੀ ਸੀ, ਤਲਵੀਰ ਉਹਨਾਂ ਦੀ ਮੇਰਾ ਖਿਆਲ ਛੋਟੀ ਹੋਈ ਸੀ, ਸੋ ਉਹਨਾਂ ਦੀ ਘਰੇਲੂ ਲੜਾਈ ਹੈ। ਮੈਂ ਤਾਂ ਇਹ ਕਹਿਣਾ ਚਾਹੂੰਗਾ ਅੰਮ੍ਰਿਤਸਰ ਦੇ ਵਿਕਾਸ ਵਾਸਤੇ ਜਿਹੜੀ ਲੜਾਈ ਆ ਉਹ ਬੇਸਿਕਲੀ ਇਲੈਕਸ਼ਨ ਦੀ ਹੋਣੀ ਚਾਹੀਦੀ, ਮੋਦੀ ਨੂੰ ਲਾਉਣ ਦੀ ਹੋਣੀ ਚਾਹੀਦੀ ਆ। ਇਹ ਚੀਜ਼ਾਂ 'ਤੇ ਹਰ ਇੱਕ ਨੇ ਆਪਣਾ ਨਫਾ ਨੁਕਸਾਨ ਵੇਖ ਕੇ ਇੱਧਰ ਉੱਧਰ ਜਾਣਾ ਆਉਣਾ ਹੁੰਦਾ, ਇਹਦੇ 'ਚ ਮੈਂ ਬਹੁਤੀ ਗੱਲ ਨਹੀਂ ਕਹਿਣੀ ਚਾਹੁੰਦਾ। ਪਰ ਮੈਂ ਤਾਂ ਇੱਕੋ ਗੱਲ ਕਰੂੰਗਾ, ਇਸ ਵੇਲੇ ਕੌਨਸਟੀਟਿਊਸ਼ਨ ਖਤਮ ਹੋ ਰਿਹਾ, ਉਹਦੀ ਲੜਾਈ ਅਸੀਂ ਲੋਕਾਂ 'ਚ ਲੈ ਕੇ ਜਾਣੀ ਆ। ਆਹ ਜਿਹੜੀ ਸਰਕਾਰ, ਜਿਹੜੀ ਤਾਨਾਸ਼ਾਹ ਸਰਕਾਰ ਆ, ਉਹਨੂੰ ਨਾਉਣ ਦੀ ਆਪਾਂ ਲੋਕਾਂ ਨੇ ਲੜਾਈ ਲੜਨੀ ਹੈ। ਲੇਕਿਨ ਉਹਨਾਂ ਦਾ ਇਹ ਵੀ ਕਹਿਣਾ ਚਾਹੁੰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿੰਨੇ ਵੀ ਵਰਕਰ ਨੇ ਜਾਂ ਉਹਨਾਂ ਅਧਿਕਾਰੀਆਂ ਦੇ ਡੋਪ ਟੈਸਟ ਵੀ ਹੋਣੇ ਚਾਹੀਦੇ, ਬੜੀ ਮੋਟੀ ਫੀਮ ਜਿਹੜੇ ਆ ਉਹ ਖਾਂਦੇ ਉਹਨਾਂ ਦੇ ਡੋਪ ਟੈਸਟਾਂ ਜਾਣਗੇ। ਦੇਖੋ, ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਜੇ ਆਪਾਂ ਅੱਜ ਬਾਹਰ ਜਾ ਕੇ ਗੱਲਾਂ ਵੀ ਕੀਤੀਆਂ, ਪਹਿਲਾਂ ਵੀ ਗੱਲਾਂ ਰੱਖ ਦੇਣੀਆਂ ਚਾਹੀਦੀਆਂ ਸੀ। ਦੇਖੋ, ਧਰਮ ਦਾ ਮਾਮਲਾ ਆ, ਜਿਹੜਾ ਬੰਦਾ ਇਹੋ ਜਿਹਾ ਕੋਈ ਕੰਮ ਕਰਦਾ ਉਹਨੂੰ ਆਪ ਹੀ ਪਿੱਛੇ ਹੋ ਜਾਣਾ ਚਾਹੀਦਾ, ਉਹਨੂੰ ਗੁਰੂ ਘਰ ਹੀ ਕੰਮ ਕਰਕੇ ਨਹੀਂ ਜਾਣਾ ਚਾਹੀਦਾ। ਲੇਕਿਨ ਅੱਜ ਬੀਜੇਪੀ ਦੀ ਇੱਕ ਰੈਲੀ ਦੇ ਵਿੱਚ ਇੱਕ ਕਿਸਾਨ ਦੀ ਵੀ ਮੌਤ ਹੋਈ ਹੈ, ਕੀ ਲੱਗਦਾ ਹੈ ਕਿ ਬੀਜੇਪੀ ਜਿਹੜੀ ਹੈ ਖੂੰਖਾਰ ਰੂਪ ਧਾਰਦੀ ਹੋਈ ਨਜ਼ਰ ਆ ਰਹੀ ਹੈ, ਧੱਕਾ ਮਾਰਿਆ ਗਿਆ, ਉਸ ਤੋਂ ਬਾਅਦ ਵੀ ਮੌਤ ਹੋਈ ਹੈ? ਦੇਖੋ, ਇਹਦੇ ਵਿੱਚ ਬੀਜੇਪੀ 'ਚ ਕੁਛ ਐਸੇ ਅੰਸਰ ਆ ਚੁੱਕੇ ਨੇ ਜਿਹੜੇ ਆਉਣ ਵਾਲੇ ਸਮਾਂ 'ਚ ਮਾਹੌਲ ਖਰਾਬ ਕਰਨਗੇ। ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹਨਾਂ ਤੋਂ ਬਚੋ, ਕਿਉਂਕਿ ਉਹਨਾਂ ਨੂੰ ਕਿਸੇ ਦੀ ਜਾਨ ਦੀ ਪਰਵਾਹ ਨਹੀਂ। ਇਹ ਪਰਦੇਸੀ ਆਏ, ਇਹਨਾਂ ਚਲੇ ਜਾਣਾ ਆ, ਆਪਾਂ ਇੱਥੇ ਰਹਿਣਾ ਆ। ਅਤੇ ਜਿਹੜੇ ਲੋਕ ਅੰਮ੍ਰਿਤਸਰ ਵਾਲੇ ਵੀ ਇਹਨਾਂ ਦੇ ਨਾਲ ਲੱਗੇ, ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ, ਘੱਟੋ ਘੱਟ ਤੁਸੀਂ ਆਪਣੇ ਲੋਕਾਂ ਦਾ ਖਿਆਲ ਤੇ ਰੱਖੋ, ਘੱਟੋ ਘੱਟ ਤੁਸੀਂ ਇਹ ਚੀਜ਼ ਤੇ ਰੱਖੋ, ਪੰਜਾਬੀਆਂ ਦੀ ਕਿਹੜੀ ਕੌਮ ਸੀ, ਤੁਸੀਂ ਕਿਹੜੀ ਸੋਚ ਦੇ ਮਗਰ ਲੱਗ ਗਏ ਜੀ? ਘੱਟੋ ਘੱਟ ਪੰਜਾਬ ਜਿਹੜੇ ਖਾਸ ਕਰ ਜਿਹੜੇ ਸਰਦਾਰ ਤੁਰੇ ਫਿਰਦੇ, ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਘੱਟੋ ਘੱਟ ਯਾਰ ਤੁਸੀਂ ਤਾਂ ਸੋਚੋ, ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਆ। ਅੱਜ ਕਿਤੇ ਕਿਸਾਨ ਸਾਡਾ ਬਾਰਡਰਾਂ 'ਤੇ ਬੈਠਾ ਆ, 700 ਮੌਤ ਹੋ ਗਈ ਕਿਸਾਨ ਮਜ਼ਦੂਰ, ਸੈਂਸ਼ਲ ਕੋਮੋਡਿਟੀ ਐਕਟ ਲੜਾਈ ਪਤਾ ਕਿਹਦੀ ਲੜੀ ਕਿਸਾਨ ਨੇ? ਜਿਹਦੇ ਕੋਲ ਜ਼ਮੀਨਾਂ ਇੰਨੀ ਗੀਆਂ, ਸ਼ਹਿਰੀਆਂ ਦੀ ਲੜਾਈ ਜਿਹਨਾਂ ਨੂੰ ਮਹਿੰਗੇ ਭਾਅ ਦਾ ਸਮਾਨ ਮਿਲਣਾ ਸੀ, ਅੱਜ ਉਹ ਲੋਕ ਅਸੀਂ ਮਗਰ ਨਾਰੇ ਮਾਰਦੇ ਫਿਰਦੇ ਹਾਂ। ਬੜੇ ਅਫਸੋਸ ਦੀ ਗੱਲ ਹੈ, ਪੰਜਾਬ ਇੱਦਾਂ ਦਾ ਨਹੀਂ ਸੀ।
ਜਿੱਦਾਂ ਦਾ ਬਣ ਗਿਆ। ਬਾਬੇ ਨਾਨਕ ਦੀ ਜਿਹੜੀ ਸੰਦੇਸ਼ ਸੀ ਉਹ ਇੱਦਾਂ ਦਾ ਨਹੀਂ ਸੀ। ਲੇਕਿਨ ਕਾਫਲਾ ਕਾਫੀ ਲੰਮਾ ਹੁੰਦਾ ਜਾ ਰਿਹਾ ਗੁਰਜੀਤ ਸਿੰਘ ਔਜਲਾ ਦਾ, ਕੀ ਲੱਗਦਾ ਹੈ ਕਿ ਇਸ ਵਾਰ ਰਿਕਾਰਡ ਤੌਰ ਜਿੱਤ ਜਿਹੜੀ ਆ ਉਹ ਨਜ਼ਰ ਆਉਂਦੀ ਹੋਈ ਨਜ਼ਰ ਆ ਰਹੀ ਹੈ ਜੀ? ਮੈਂ ਕਦੀ ਵੀ ਇਹਨਾਂ ਚੀਜ਼ਾਂ 'ਤੇ ਹੰਕਾਰ ਨਹੀਂ ਕਰਦਾ, ਰੱਬ ਤੋਂ ਡਰ ਕੇ ਰਹਿਣ ਵਾਲੇ ਬੰਦੇ ਹਾਂ, ਇਹ ਲੋਕਾਂ ਨੇ ਤੈਅ ਕਰਨਾ। ਪਰ ਜਿੱਡੀ ਖੁਸ਼ੀ ਮਨ 'ਚ ਆ, ਇਹਦੇ ਨਾਲ ਸਾਡੇ ਹੌਸਲੇ ਜ਼ਰੂਰ ਬੁਲੰਦ ਹੁੰਦੇ ਆ ਕਿ ਜਿੱਦਾਂ ਲੋਕ ਪਿਆਰ ਕਰਦੇ, ਜਿੱਦਾਂ ਲੋਕ ਆ ਕੇ ਥਾਪੜਾ ਦਿੰਦੇ ਆ, ਸਭ ਕੁਝ ਕਰਦੇ ਆ, ਸੋ ਉਹ ਚੀਜ਼ ਜ਼ਰੂਰ ਮਹਿਸੂਸ ਹੁੰਦੀ ਆ। ਬਾਕੀ ਮੈਂ ਲੋਕਾਂ ਨੂੰ ਇਹ ਜ਼ਰੂਰ ਬੇਨਤੀ ਕਰੂੰਗਾ ਕਿ ਸਭ ਕੁਝ ਵੇਖ ਕੇ ਵੋਟ ਪਾਇਓ। ਅੱਜ ਕੱਲ੍ਹ ਬੜੇ ਤਰ੍ਹਾਂ ਦੇ ਵਪਾਰੀ ਹੈ, ਬੜੇ ਤਰ੍ਹਾਂ ਦੀ ਦੁਨੀਆ ਆ, ਝੂਠ ਬਹੁਤ ਵੇਚਿਆ ਜਾ ਰਿਹਾ, ਅਤੇ ਸੱਚ ਦੀ ਜ਼ਰੂਰ ਪਛਾਣ ਕਰਿਓ। ਨਹੀਂ, ਮੈਨੂੰ ਮਹਿਸੂਸ ਇਹ ਹੋ ਰਿਹਾ ਕਿ ਹਲਕਾ ਵੈਸਟ ਪੰਜਾਬ ਤੋਂ ਸਭ ਤੋਂ ਬੈਸਟ ਜੀ। ਇਹ ਹਲਕੇ ਦੇ ਲੋਕਾਂ ਨੇ ਇਹ ਪ੍ਰਣ ਕਰ ਲਿਆ ਔਰ ਇਹ ਮਨ 'ਚ ਧਾਰ ਲਿਆ ਕਿ ਇੱਥੇ ਸਾਰੀਆਂ ਪਾਰਟੀਆਂ ਜਮਾਨਤਾਂ ਜ਼ਬਤ ਹੋਣੀਆਂ ਹੀ ਔਰ ਹਲਕਾ ਵੈਸਟ ਨੰਬਰ 1 ਆਉਣਾ ਔਰ ਹਲਕਾ ਵੈਸਟ ਦੇ ਵਿੱਚ ਨਾ ਅਕਾਲੀ ਦਲ, ਨਾ BJP, ਨਾ ਆਮ ਆਦਮੀ, ਇੱਥੇ ਕਾਂਗਰਸ ਪਾਰਟੀ ਹੈਗੀ ਹੈ, ਕਾਂਗਰਸ ਪਾਰਟੀ ਰਹੇਗੀ ਔਰ ਗੁਰਜੀਤ ਔਜਲਾ ਜਿੰਦਾਬਾਦ ਹੈਗਾ, ਜਿੰਦਾਬਾਦ ਰਹੇਗਾ। ਡਾਕਟਰ ਸਾਹਿਬ, ਤਲਵੀਰ ਸਿੰਘ ਗਿੱਲ ਵੱਲੋਂ ਬਹੁਤ ਖੁਲਾਸੇ ਕੀਤੇ ਗਏ ਨੇ, ਉਹ ਕਹਿੰਦੇ ਕਿ ਮਜੀਠੇ ਹਲਕੇ ਦੇ ਵਿੱਚ ਮਜੀਠੀਆਂ ਨੂੰ ਜਿਤਾਉਣ ਵਾਸਤੇ ਬੜਾ ਝੂਠ ਦੀ ਰਾਜਨੀਤੀ ਜਿਹੜੀ ਸਾਨੂੰ ਕਰਨੀ ਪਈ, ਕਿਸ ਤਰ੍ਹਾਂ ਵੇਖਦੇ ਹੋ ਹੁਣ ਜਿਹੜੀ ਆ ਬਿੱਲੀ ਜੀ ਥੈਲੇ 'ਚੋਂ ਬਾਹਰ ਆਉਂਦੀ ਨਜ਼ਰ ਆ ਬਈ? ਝੂਠ ਕੌਣ ਬੋਲਦਾ ਰਿਹਾ? ਇਹ ਤਲਵੀਰ ਗਿੱਲ ਬੋਲਦਾ ਰਿਹਾ ਝੂਠ ਉੱਥੇ? ਜੇ ਬੋਲਦਾ ਰਿਹਾ ਮਾਫ਼ੀ ਮੰਗੇ ਪਹਿਲੇ ਕਿ ਮੈਂ ਪਹਿਲੇ ਝੂਠ ਬੋਲਦਾ ਰਿਹਾ ਅਤੇ ਹੁਣ ਸੱਚ ਬੋਲ ਲਏ ਕੀ ਫਰਕ ਪੈਂਦਾ? ਉਹਨਾਂ ਵੱਲੋਂ ਇੱਕ ਹੋਰ ਖੁਲਾਸਾ ਕੀਤਾ ਗਿਆ, ਕਹਿੰਦੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜਿੰਨੇ ਵੀ ਮੁਲਾਜ਼ਮ ਨੇ ਬੜੀ ਮੋਟਾ ਟਰੱਕ ਜਿਹੜਾ ਲੈਂਦੇ ਆ, ਉਹਨਾਂ ਦੇ ਡੋਪ ਟੈਸਟ ਹੋਣੇ ਚਾਹੀਦੇ, ਤੁਸੀਂ ਚਾਹੁੰਦੇ ਕਿ ਡੋਪ ਟੈਸਟ ਹੋਣੇ ਚਾਹੀਦੇ ਜੀ? ਵੀ ਮੈਂ ਨਹੀਂ ਕਹਿੰਦਾ ਕਿਉਂਕਿ ਧਾਰਮਿਕ ਮਾਮਲਿਆਂ 'ਚ ਮੇਰਾ ਕੋਈ ਦਖਲ ਨਹੀਂ ਹੈ, ਇਹ ਸ਼੍ਰੋਮਣੀ ਕਮੇਟੀ ਜਵਾਬ ਦੇ, ਉਹ ਜਵਾਬ ਦੇ। ਇੱਕ ਲਾਸਟ ਸਵਾਲ ਹੈ ਡਾਕਟਰ ਸਾਹਿਬ, ਅੱਜ ਕਿਸਾਨ ਦੀ ਮੌਤ ਹੋਈ ਆ ਜੀ BJP ਦੀ ਰੈਲੀ ਦੇ ਦੌਰਾਨ, ਕਿਸ ਤਰ੍ਹਾਂ ਵੇਖਦੇ ਹੋ ਇਸ? ਮੈਂ ਉਹਨੂੰ ਬਹੁਤ ਦੁਖਾਂਤ ਸਮਝਣਾ ਕਿ ਕਿਸਾਨ ਆਪਣੀ ਡਿਊਟੀ ਦੇ ਉੱਪਰ ਸ਼ਹੀਦ ਹੋਇਆ, ਮੈਂ ਤਾਂ ਗੱਲ ਕਹਾਂਗਾ, ਔਰ ਕਿਸਾਨ ਆਪਣੀਆਂ ਮੰਗਾਂ ਵਾਸਤੇ ਹੈ, ਲੇਕਿਨ ਬੇਸ਼ਰਮੀ ਦਾ ਇਸ ਹੱਦ ਤੱਕ ਹੈ ਕਿ ਇਹ ਜਿਹੜੀ ਮੋਦੀ ਸਰਕਾਰ ਹੈ ਇਹ ਕਿਸਾਨਾਂ ਦੀ ਗੱਲ ਮੰਨਣ ਦੀ ਬਜਾਏ ਇਹਨਾਂ ਦੇ ਹੋਰ ਜ਼ੁਲਮ ਕਰ ਰਹੀ ਹੈ। ਲੋਕ ਇੱਕ ਇੱਕ ਜ਼ੁਲਮ ਦਾ ਜਵਾਬ ਦੇਣਗੇ ਔਰ 2024 ਦੇ ਜਿਹੜੇ ਪਾਰਲੀਮੈਂਟ ਇਲੈਕਸ਼ਨ ਹੋ ਜਾ ਰਹੀ ਹੈ, ਇੱਥੇ ਆਮ ਆਦਮੀ ਪਾਰਟੀ, BJP ਔਰ ਅਕਾਲੀ ਦਲ ਤਿੰਨਾਂ ਦੀਆਂ ਜਮਾਨਤਾਂ ਜ਼ਬਤ ਹੋਣਗੀਆਂ।